ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਮੂਹ ਨਗਰ ਨਿਵਾਸੀ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਕਣਕਾਂ ਵੱਢੀਆਂ ਜਾ ਰਹੀਆਂ ਹਨ ਸੋ ਉਹਨਾਂ ਦੇ ਨਾੜ ਨੂੰ ਅੱਗ ਨਹੀਂ ਲਾਉਣੀ। ਸੋ ਗੌਰਮੈਂਟ ਵੱਲੋਂ ਹਦਾਇਤਾਂ ਆਈਆਂ ਹਨ ਜੋ ਕਣਕ ਦਾ ਅਨਾੜ ਕਣਕ ਕੱਟੀ ਜਾ ਰਹੀ ਹੈ ਕਿਉਂਕਿ ਪ੍ਰਦੂਸ਼ਣ ਬਹੁਤ ਫੈਲ ਰਿਹਾ ਹੈ। ਸੋ ਮੁਲਾਜ਼ਮਾਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਕਣਕ ਕੱਟੀ ਜਾ ਰਹੀ ਹੈ ਉਹਨਾਂ ਦੇ ਅਨਾੜ ਨੂੰ ਅੱਗ ਨਹੀਂ ਲਾਉਣੀ। ਸੋ ਜੋ ਵੀ ਕੋਈ ਅਨਾੜ ਨੂੰ ਅੱਗ ਲਾਵੇਗਾ ਉਹ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੋ ਮੁਲਾਜ਼ਮਾਂ ਵੱਲੋਂ ਦੁਬਾਰਾ ਫਿਰ ਸਮੂਹ ਨਗਰ ਨਿਵਾਸੀ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਕਣਕ ਕੱਟੀ ਜਾ ਰਹੀ ਹੈ ਬਾਅਦ ਦੇ ਵਿੱਚ ਆਪਾਂ ਉਹਨਾਂ ਦੇ ਅਨਾੜ ਨੂੰ ਅੱਗ ਲਾ ਦਿੰਦੇ ਹਾਂ। ਸੋ ਮੁਲਾਜ਼ਮਾਂ ਵੱਲੋਂ ਬੇਨਤੀ ਹੈ ਕਿ ਕਣਕ ਦੇ ਅਨਾੜ ਨੂੰ ਅੱਗ ਨਹੀਂ ਲਾਉਣੀ। ਜੋ ਵੀ ਕੋਈ ਅਲੱਗ ਅੱਗ ਲਾਵੇਗਾ ਉਹਨਾਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।